ਚਲੋ ਆਹ ਐਮ ਐਲ ਏ ਸਾਹਿਬ ਖੜ੍ਹੇ ਆਪਣੇ ਸਿੰਗਲਾ ਸਾਹਿਬ, ਇਹ ਤਾਂ ਦੋਸ਼ ਲਾਤਾ। ਤੁਹਾਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਯਾਰ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾਹ ਕੇ ਆਹ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾ। ਚਲੋ ਇਹ ਸਵਾਲ ਵਿੱਚ ਰਹਿ ਗਿਆ, ਹੋਰ ਕਰ ਲਓ। ਨਹੀਂ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦਿਓ ਨਾ ਵੀ ਇਹ ਬੈਂਕ ਦੇ। ਦੋ ਤਿੰਨ ਵਾਰੀ ਤੁਹਾਡੀ ਸਰਕਾਰ ਆਈ ਤੋਂ ਫਸਲਾਂ ਮਰ ਗਈਆਂ, ਨਰਮਾ ਮਰਿਆ, ਕਣਕ ਤੋਂ ਜੀ, ਮਤਲਬ ਤੁਸੀਂ 6800 ਦੇ ਕੇ ਪੱਲਾ ਝਾੜ ਗਏ। ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਬਾਅਦ ਮੈਨੂੰ ਪਤਾ ਜਿਹੜੀ ਉਹ ਅਫਸਰਾਂ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਕੀ ਉਹਨਾਂ ਦੀ ਕਾਰਵਾਈ ਕਰੀ ਉਹਨਾਂ ਦੇ ਚਿੱਪ ਵਾਲੇ ਮੀਟਰ। ਤੁਹਾਡੀ ਸਰਕਾਰ ਨੇ ਹੁਣ 2,00,000 ਮੀਟਰਾਂ ਨੂੰ ਮਤਲਬ ਮਨਜ਼ੂਰੀ ਦਿੱਤੀ। ਬਿਜਲੀ ਬੋਰਡ ਬਾਰੇ ਬਹੁਤਾ ਮੈਨੂੰ ਜਾਣਕਾਰੀ ਨਹੀਂ ਕਿੰਨੀ ਸਬਸਿਡੀ ਦਿੰਦੇ ਕੀ ਦਿੰਦੇ, ਪਰ ਆਪਾਂ 600 ਯੂਨਿਟ ਬਿਜਲੀ ਪੰਜਾਬ ਦੇ ਲੋਕਾਂ ਨੂੰ, ਜਿਹੜਾ ਕਿਸਾਨ ਹੈ ਗਰੀਬ ਹੈ ਉਹਨੂੰ ਦਿੰਦੇ ਆ। ਮਤਲਬ ਏਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ। ਤੁਹਾਡੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਾਏ ਨਾਲ ਬਣਾਈ ਜਾਊ, ਜਥੇਬੰਦੀਆਂ ਦੀ ਰਾਏ ਨਾਲ ਜਾਂ ਬਣਾਈ ਜਾਊ। ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ? ਨੋ ਯਾਰ, ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ? ਨਹੀਂ ਭਾਜੀ ਹੈ ਹੀ ਨਹੀਂ। ਤੁਸੀਂ ਲੰਬੀ ਤੋਂ ਜਿੱਤੇ ਹੋ, ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ, ਉਹ ਕਿਹੜੇ ਲੋਕਾਂ ਦੇ ਵੇਸਾ ਨਾ ਛੱਡ ਕੇ? ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ, ਦੇਖੋ ਚੋਣ ਹੈ, ਪਾਰਟੀ ਨਹੀਂ ਕਹਿੰਦਾ। ਕੇਜਰੀਵਾਲ ਇੱਕ ਭਾਸ਼ਾ ਇੱਕ ਚੋਣ ਇਸ ਏਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਕਿਹਾ, ਉਹਨੇ ਹਾਂ ਕਰਤਾ। ਅਸੀਂ ਕਹਿੰਦੇ ਵੀ ਮੋਦੀ ਕਰਨ ਲਈ ਤਿਆਰ ਹਾਂ, ਰੱਬ ਜਾਣਦਾ ਕੌਣ ਤਿਆਰ। ਦੇਖੋ ਮੰਤਰੀ ਸਾਹਿਬ, ਇਹ ਤਾਂ ਕਿਸੇ ਤੋਂ ਲੁਕੀ ਨਹੀਂ ਅਤੇ ਅੱਜ ਪੰਜਾਬ ਸਰਕਾਰ ਨੇ ਉਹ ਸੈਲੂਆਂ ਨੂੰ ਫਿਰ ਮਨਜ਼ੂਰੀ ਦਿੱਤੀ। ਨਹੀਂ ਜੀ, ਨਹੀਂ ਦਿੱਤੀ। ਤੁਸੀਂ ਮਤਲਬ ਸਰਕਾਰ ਤੁਹਾਡੀ ਸੱਤਾ 'ਚ ਆਈ ਸੀ ਵੀ ਆਬਾਦਗਾਰ ਕਿਸਾਨਾਂ ਨੂੰ ਅਸੀਂ ਜ਼ਮੀਨੀ ਹੱਕ ਦੇਵਾਂ ਜੀ, ਤੁਹਾਡੇ ਕੋਲ ਵੀ ਮਸਲਾ ਕਈ ਵਾਰੀ ਵੱਗ ਗਿਆ? ਇੱਕ ਵਾਰੀ ਆ ਜਿੱਦੇ ਤੁਸੀਂ ਠੀਕਰੀ ਵਾਲੇ ਆਏ ਹੋ, ਉਹਦੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਭਰੋਸਾ ਦਵਾਏ। ਮਤਲਬ ਅਜੇ ਤਾਂ ਇੱਕ ਬੁਧਰਾਮ ਆ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ, ਸਾਡੇ ਕਿਸਾਨ 'ਤੇ ਗੱਡੀਆਂ ਚੜ੍ਹਾ ਕੇ ਉਹਦੀਆਂ ਦੋਨੇ ਲੱਤਾਂ ਤੋੜਦੇ, ਕੋਈ ਉਹ ਗ੍ਰਿਫਤਾਰ ਨਹੀਂ ਹੋਈ ਗੁੰਡੇ। ਠੀਕ ਹੈ, ਬੰਦ ਕਰ। ਮਤਲਬ ਅਸੀਂ ਕੀ ਤੁਹਾਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਾਂ? ਬਾਈ ਜੀ, ਮੇਰੇ ਤੋਂ ਉਦੇਸ਼ ਮੈਂ ਤਾਂ ਤੁਸੀਂ ਨਾਲ ਕੀਤਾ ਸੀ, ਮੈਨੂੰ ਉਸ ਤੋਂ ਬਾਅਦ ਤਾਂ ਨਹੀਂ ਪਤਾ ਤੁਸੀਂ ਕੀ ਗੱਲ ਹੋਈ ਜਾਂ ਨਹੀਂ ਹੋਈ। ਜਿਹੜੀ ਵੀ ਮੇਰੇ ਕੋਲ ਜੋ ਮਸਲਾ ਆਇਆ ਮੈਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਹੁਣ ਵੀ ਜੇ ਕੋਈ ਦੱਸੋਗੇ ਮੇਰੇ ਵੱਲੋਂ ਤਾਂ ਕੋਸ਼ਿਸ਼। ਤੁਸੀਂ ਕੈਬਨਿਟ 'ਚੋਂ ਮੁੱਖ ਨੁਮਾਇੰਦੇ ਹੋ, ਮਤਲਬ ਤੁਹਾਡੇ ਕੋਲ ਅਸੀਂ ਫਰਿਆਦ ਲੈ ਕੇ ਗਏ, ਅਜੇ ਤੱਕ ਉਹਦੇ ਕੋਈ ਅਜੇ ਗੁੰਡੇ ਮਤਲਬ ਮਾਨਸਾ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ 'ਤੇ ਪੂਰੇ ਜੱਜ ਕੇ ਖੜੀ ਹੈ ਅਜੇ ਤੱਕ। ਉਹ ਸਰਪੰਚ ਨੂੰ ਜਿਹਦੀ ਜਿਹੜੀ ਉਹਨੇ ਗੱਡੀ ਚੜ੍ਹਾਈ ਆ, ਉਹ ਗੱਡੀ ਦਾ ਨੰਬਰ ਹੈ 8080, ਸੀ ਸੀ ਟੀ ਵੀ 'ਚ ਆਇਆ, ਨਾ ਸਰਪੰਚ ਨਾ ਉਹਦੀ ਗੱਡੀ, ਸਾਰਾ ਕੁਛ ਇਹ ਰੌਲਾ ਉੱਥੇ ਕੀ ਹੈ? ਮੈਨੂੰ ਉੱਥੇ ਇੱਕ ਜ਼ਮੀਨ ਹੈ ਜੀ ਜੁਮਲਾ ਮਿਸਤਰ, ਉਹ ਮਾਲ ਵਿਭਾਗ ਦੇ ਮਹਿਕਮੇ ਦੇ ਕੁਛ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਹ 4 ਸਾਲਾਂ ਪੰਚਾਇਤ ਦੇ ਖਾਤੇ 'ਚ ਚਲੀ ਜੀ। ਹਾਲਾਂਕਿ ਉਹ ਜ਼ਮੀਨ ਮਤਲਬ 70-75 ਸਾਲ ਤੋਂ ਕਿਸਾਨ ਉਹ ਕਾਬਜ਼ ਨੇ, ਅਤੇ ਉਸ ਜ਼ਮੀਨ ਨੂੰ ਲੈ ਕੇ ਮਤਲਬ ਲਗਾਤਾਰ ਮਤਲਬ ਬੁਧਰਾਮ ਉਹ ਗੁੰਡਿਆਂ ਦੀ ਭੂ ਮਾਫੀਏ ਦੀ ਮਦਦ ਕਰ ਰਹੇ। ਚਲੋ ਉਦੋਂ ਰੱਖ ਲੈਂਦੇ ਜੀ, ਪਾਰਟੀ ਕੋਲ ਵੀ ਇਹ ਗੱਲ ਗਲਤ ਹੋ ਰਹੀ ਹੈ ਅਤੇ। ਹਾਂ, ਪਹਿਲਾ ਸਵਾਲ ਸੀ ਇਹ, ਦੂਜਾ ਸਵਾਲ ਹੈ ਚਿੱਪ ਵਾਲੇ ਮੀਟਰ ਜੀ। ਤੁਸੀਂ ਕਿਸਾਨੀ ਕੋਲ 'ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਹਾਂ, ਤੁਹਾਡੀ ਸਰਕਾਰ ਨੇ ਹੁਣ 2,00,000 ਮੀਟਰਾਂ ਨੂੰ ਮਤਲਬ ਮਨਜ਼ੂਰੀ ਦਿੱਤੀ। ਅਸੀਂ 600 ਯੂਨਿਟ ਬਿਜਲੀ ਦੇ ਦਿੱਤੀ ਬਾਈ ਜੀ, ਉਹਦੇ ਨਹੀਂ ਉਹਨਾਂ ਦਾ ਚਿੱਪਾਂ ਨਾਲ ਤਾਂ ਮਤਲਬ ਹੀ ਨਹੀਂ ਬਣਦਾ। ਹੁਣ ਜਦੋਂ ਬਿਜਲੀ ਦੇ ਦਿੱਤੀ, ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਏਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹੱਥਾਂ 'ਚ ਦੇ,
ਉਹ ਤਾਂ ਹੁਣ ਯਾਰ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲੇ ਕੀ ਹੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਇਸ ਗੱਲ ਦਾ ਕਹਿੰਦੇ ਲੋਕਾਂ ਦੀ ਮਤਲਬ ਜਿਹੜੀ ਜੇ ਮੇਰੀ ਜਿਹੜੀ ਇਹਦੇ ਬਾਰੇ ਬਿਜਲੀ ਬੋਰਡ ਬਾਰੇ ਬਹੁਤਾ ਮੈਨੂੰ ਜਾਣਕਾਰੀ ਨਹੀਂ ਕਿੰਨੀ ਉਹ ਸਬਸਿਡੀ ਦਿੰਦੇ ਕੀ ਦਿੰਦੇ ਪਰ ਆਪਾਂ 600 ਯੂਨਿਟ ਬਿਜਲੀ ਪੰਜਾਬ ਦੇ ਲੋਕਾਂ ਨੂੰ ਜੋ ਕਿਸਾਨ ਹੈ ਗਰੀਬ ਹੈ ਉਹਨੂੰ ਦਿੰਦੇ ਆ ਮਤਲਬ ਏਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਕੇਂਦਰ ਸਰਕਾਰ ਦਾ ਜਦੋਂ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਨਜ਼ੂਰੀ ਦਿੱਤੀ ਏਜੰਡਾ ਸਾਰਾ ਪੰਜਾਬ ਲੜਿਆ ਪੂਰੇ ਪੰਜਾਬ ਪੂਰੇ ਭਾਰਤ ਦੇ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਇਆ ਅਤੇ ਅੱਜ ਪੰਜਾਬ ਸਰਕਾਰ ਨੇ ਉਹ ਸੈਲੋਆਂ ਨੂੰ ਫਿਰ ਮਨਜ਼ੂਰੀ ਦਿੱਤੀ ਨਹੀਂ ਜੀ ਨਹੀਂ ਦਿੱਤੀ ਕਿਹਨੇ ਦਿੱਤੀ ਨਹੀਂ ਦਿੱਤੀ ਬਾਈ ਜੀ ਕਿਉਂਕਿ ਖੇਤੀ ਕਰਾਜ ਦਾ ਵਿਸ਼ਾ ਹੈਗਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾਂ ਉਹਨੂੰ ਮਨਜ਼ੂਰੀ ਕਿਹਨੇ ਨਹੀਂ ਨਹੀਂ ਬਾਈ ਜੀ ਪਹਿਲਾਂ ਤੋਂ ਜਿਹੜੀ  15-16 ਤੋਂ ਚੱਲੀ ਆਉਂਦੀ ਆ ਉਹ ਆ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਦੀ ਨਾਲ ਮੈਂ ਵੀ ਪੜ੍ਹ ਲਈ ਸੀ ਔਰ CM ਨੇ ਵੀ ਉਸ ਨੂੰ ਵਾਪਸ ਕਰਤਾ ਸੀ ਇਹ ਕਿਵੇਂ ਹੋ ਸਕਦੀ ਮੰਡੀ ਬੋਰਡ ਨੇ FCI ਦੇ ਰਾਹੀਂ ਫੂਡ ਸਪਲਾਈ ਜਿਹੜਾ ਫੂਡ ਸਪਲਾਈ ਨੂੰ ਵੀ ਜਿਹੜਾ ਹੁੰਦਾ ਇਹਨੂੰ ਰੱਖਣ ਦੀ ਦਿੱਤਾ ਇਹੋ ਜਿਹੀ ਗੱਲ ਆਈ ਸੀਗੀ ਸਟੋਰੇਜ ਉਹਨੂੰ ਕਰਤਾ ਸੀ ਕੈਂਸਲ ਨਹੀਂ ਦੇਖੋ ਮੰਤਰੀ ਸਾਹਿਬ ਮਨਜ਼ੂਰੀ ਤਾਂ ਦਿੱਤੀ ਆ ਨਾ ਕੈਂਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਂਸਲ ਕਰਤਾ ਪਹਿਲਾਂ ਵੀ ਚੱਲੀ ਆ ਰਿਹਾ ਨਾ ਉਹ ਤਾਂ ਕੈਂਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਮੂੰਹ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਆਪ ਚਿੱਠੀ ਮੰਗਾ ਲਈ ਸੀ ਤੁਸੀਂ ਚਾਹੇ ਕਹਿ ਲਓ ਇਹ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਤਾ ਸੀ ਚਲੋ ਅਗਲਾ ਸੀ ਖੇਤੀ ਨੀਤੀ ਮਤਲਬ ਤੁਹਾਡੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਾਏ ਨਾਲ ਬਣਾਈ ਜਾਊਗੀ ਜਥੇਬੰਦੀਆਂ ਦੀ ਰਾਏ ਨਾਲ ਬਣਾਈ ਜਾਊਗੀ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ ਨਹੀਂ ਇਹ ਤੁਹਾਨੂੰ ਕੀ ਸਬੂਤ ਹੈ ਯਾਰ ਐਵੇਂ ਬਿਲਕੁਲ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਮਾਂ ਹੀ ਨਹੀਂ ਹੋ ਸਕਦਾ ਅੱਲੇ ਬਾਈ ਜੀ ਐਵੇਂ ਇਲਜ਼ਾਮ ਹੈ ਇਲਜ਼ਾਮ ਨਹੀਂ ਹੈ ਨੋ ਯਾਰ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਨਹੀਂ ਬਾਈ ਜੀ ਹੈ ਹੀ ਨਹੀਂ ਜਦੋਂ ਇਹ ਕਰਦਾ ਮੈਂ ਕਹਿੰਦਾ ਮੈਂ ਖੇਤੀਬਾੜੀ ਮੇਰੀ ਗੱਲ ਸੁਣੋ ਜੇ ਤੁਸੀਂ ਫਾਰਮਰਸ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਤੁਹਾਡੋ ਵੀ ਰਾਇ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਉਹਦੀ ਹੈ ਵੀ ਕੀ ਕਿਵੇਂ ਹੋਣਾ ਬਹੁਤ ਵਧੀਆ ਉਹਨੂੰ ਖੇਤੀ ਨੀਤੀ ਅਸੀਂ ਮੈਂ ਵੀ ਜਦੋਂ ਤੁਹਾਡੇ ਘਰ ਖੇਤੀ ਨੀਤੀ ਦਾ ਖਰੜਾ ਦੇ ਕੇ ਆਇਆ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾਂ ਵੱਲੋਂ 3 ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੇ ਮੰਗੀ ਸੀ ਅਸੀਂ ਦੇ ਕੇ ਵੀ ਆਏ ਦੇ ਕੇ ਲਾਜਾਂ ਜੀ ਉਹਦੇ 'ਚ ਵੀ ਇਹਦੇ ਵੇਖੋ ਕੀ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਮੰਗਦੇ ਅਸੀਂ ਸਬੂਤ ਵੀ ਦੇਵਾਂਗੇ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਹਾਂ ਵੀ ਉਹ ਜਿਹੜੀ ਕੰਪਨੀ ਹੈ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਗਿਣਤੀਆਂ ਮਿਣਤੀਆਂ ਲਾਉਣੀਆਂ ਅਮਰੀਕਾ ਨੂੰ ਦੇਖ ਕੇ ਲਾਉਣੀ ਮੈਂ ਅਮਰੀਕਾ ਨਾਲ ਸੰਬੰਧ ਹੀ ਨਹੀਂ ਮੈਂ ਉਸ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਂ ਤਾਂ ਤੁਹਾਡਾ ਪੰਜਾਬ ਦਾ ਹਾਲਾਂਕਿ ਜਿੱਥੇ 10 ਸਾਲ ਉਮਰ ਰਹਿੰਦੀ ਆ 60 ਦੇ ਹੋਏ ਪਏ 17 ਵਜੇ ਮੈਂ ਅਮਰੀਕਾ ਤੋਂ ਕੀ ਲੈਣਾ ਉੱਥੇ ਕਿਸਾਨ ਨੂੰ ਮਤਲਬ ਜ਼ਮੀਨ ਵਾਧਾ ਆਉਂਦੀ ਹੈ ਸਾਡੇ 2 ਏਕੜ ਵਾਲਾ ਬਾਈ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਤੁਹਾਡੇ ਵੀ ਕੋਈ ਜਾਣਦਾ ਬਰੀਕੀ ਤੌਰ 'ਤੇ ਜਾਣਦਾ ਇਸ ਗੱਲ ਦੀ ਕਹਿੰਦਾ ਨਾ ਇਹ ਹੋਈ ਹੈ ਅਤੇ ਨਾ ਹੋਣ ਦੇਊਗਾ ਜਦੋਂ ਮੇਰੇ ਕੋਲ ਚਲੋ ਅਤੇ ਦੂਸਰਾ 2-3 ਵਾਰੀ ਤੁਹਾਡੀ ਸਰਕਾਰ ਆਈ ਤੋਂ ਫਸਲਾਂ ਮਰ ਗਈਆਂ ਨਰਮਾ ਮਰਿਆ ਕਣਕ ਜੀ ਮਤਲਬ ਤੁਸੀਂ 6800 ਦੇ ਕੇ ਪੱਲਾ ਝਾੜ ਦੇਖੋ ਸੈਂਟਰ ਗੌਰਮੈਂਟ ਦਾ ਤਾਂ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕੁ ਅਸੀਂ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਅਸੀਂ ਉਹਨੂੰ ਕਹਿੰਦੇ ਨਹੀਂ ਵੀ ਪਰ ਜਿੱਥੇ ਮਤਲਬ 80-90% ਫਸਲ ਮਾਰੀ ਗਈ ਉੱਥੇ 6800 ਰੁਪਈਏ ਕੀ ਕੰਮ ਕਰਦੇ ਜੀ ਮੈਂ ਤਾਂ ਪਰਸੈਂਟੇਜ ਨਹੀਂ ਨਾ ਬਣਾਉਂਦਾ ਜੇ ਤੁਸੀਂ ਗੁਰਮੀਤ ਸਿੰਘ ਪਰਸੈਂਟੇਜ ਬਣਾਉਂਦਾ ਉਹ ਵੇਖ ਕੇ ਮਹਿਕਮੇ ਸਾਰਾ ਕੁਛ ਉਸ ਤਰ੍ਹਾਂ ਕਰਦੇ ਇਹੋ ਜਿਹੀ ਗੱਲ ਆਪਣੇ ਵੱਲੋਂ ਨਹੀਂ
ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਬਗਾਨਗੀ ਰੱਖੋ ਮੈਨੂੰ, ਮੈਂ ਤੁਹਾਡੇ ਨਾਲ ਹਾਂ ਹਰ ਇੱਕ ਗੱਲ ਨੂੰ ਸਮਝਦਾ। ਜੇ ਮਤਲਬ ਅਸੀਂ ਬਗਾਨਗੀ ਵਾਲੀ ਗੱਲ ਹੁੰਦੀ ਫਿਰ ਅਸੀਂ ਇਹ ਸਵਾਲ ਨਹੀਂ ਕਰਦੇ। ਨਹੀਂ ਠੀਕ ਹੈ, ਤੁਸੀਂ ਕਰੋ, ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ। ਨਹੀਂ ਨਾ, ਮੈਂ ਕਿਸਾਨ ਵੀ ਛੋਟਾ, ਮੇਰਾ ਕੋਈ ਕਾਰੋਬਾਰ ਨਹੀਂ, ਮੇਰਾ ਸਾਲ ਦਾ, ਮੇਰੀ ਗੱਲ ਸੁਣ, ਮੈਂ ਸਾਲ ਦਾ ਵਜ਼ੀਰ ਬਣਿਆ, ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਛ ਵੀ ਜਿਵੇਂ ਲੋਕ ਕਰ ਲੈਂਦੇ, ਮੇਰਾ ਕੁਛ ਨਹੀਂ, ਮੈਂ ਤਾਂ ਤੁਹਾਡੇ ਨਾਲ ਨਾ ਅਤੇ ਲੋਕਾਂ ਨੇ ਬਣਾ ਤਾ, ਤੁਰੇ ਫਿਰਦੇ। ਠੀਕ ਹੋ, ਮਤਲਬ ਕੁਛ ਕਿਸਾਨਾਂ ਨੂੰ ਤਾਂ ਮਿਲ ਗਿਆ, ਕੁਛ ਕਿਸਾਨਾਂ ਨੂੰ SDM ਤਹਿਸੀਲਦਾਰ ਪਟਵਾਰੀ ਲਟਰਮ ਸੈਟਰਮ ਸਾਰੇ ਰਲ ਕੇ ਉਹਦਾ ਜਿਹੜਾ ਨਾ ਉਹਦੇ ਮਤਲਬ ਸਰਕਾਰ ਨੇ ਜਿਹਦਾ ਨਹੀਂ ਮਿਲਿਆ ਉਹ ਮਾੜਾ ਜਿਹਾ ਪਲੀਜ਼ ਜਿਵੇਂ ਜਿਵੇਂ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਸਦਾ ਦੇਖੋ ਜੇ ਜਿਹੜਾ ਕੋਈ ਲੰਬੀ ਪੜਤਾਲ ਸਰਕਾਰ ਨੇ ਕਰਨੀ। ਅੱਛਾ, ਜਿਹੜਾ ਆਖਰੀ ਸਵਾਲ ਹੈ ਸਾਡਾ, ਦੱਸੋ ਤੁਸੀਂ ਲੰਬੀ ਤੋਂ ਜਿੱਤੇ ਹੋ ਜੀ, ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ, ਉਹ ਕਿਹੜੇ ਲੋਕਾਂ ਦੇ ਵੇਸ ਸਾਰਾ ਛੱਡ ਕੇ? ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ, ਦੇਖੋ ਚੋਣ ਹੈ, ਪਾਰਟੀ ਨੇ ਕਹਿਤਾ ਵੀ ਤੂੰ ਬਿਲਕੁਲ MP ਦੀ ਚੋਣ ਲੈਣੀ ਹੈ ਤਾਂ ਮੈਂ ਲੜ ਸਕਦਾ, ਮੇਰਾ ਮੌਲਿਕ ਅਧਿਕਾਰ ਆ, ਲੋਕਾਂ ਨੇ ਵੋਟਾਂ ਪਾਉਣੀਆਂ, ਨਾ ਬਿਲਕੁਲ ਤੁਹਾਡਾ ਅਧਿਕਾਰ ਹੈ, ਤੁਸੀਂ ਉਦੋਂ ਲੋਕਾਂ ਨਾਲ ਵਾਅਦੇ ਕਰਕੇ ਲੰਬੀ ਤੋਂ ਜਿੱਤੇ। ਬਈ ਜੀ ਮੈਂ ਕੀਤਾ, ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾ, ਅਜੇ ਵੀ ਲੰਬੀ ਦੇ ਲੋਕ ਨਾਲ, ਉਸ ਗੱਲ ਨੂੰ ਬਈ ਲੰਬੀ ਲੋਕ ਸਭਾ ਇਸ ਗੱਲ ਦੀ ਲੋਕ ਸਭਾ ਬਠਿੰਡਾ ਚ ਮੇਰੀ, ਵੇਖੋ ਇਹ ਮੇਰਾ ਅਧਿਕਾਰ ਹੈ, ਮੈਂ 10 ਚੋਣਾਂ ਵੀ ਲੜਨ, ਲੋਕ ਮੈਨੂੰ ਮੋੜ ਦੇਣਗੇ, ਮੋੜ ਦੂਗਾ ਬਿਲਕੁਲ। ਹੁਣ ਅਗਲਾ ਆ MLA ਸਾਹਿਬ, ਚਲੋ ਆ MLA ਸਾਹਿਬ ਖੜੇ ਆਪਣੇ ਸਿੰਗਲਾ ਸਾਹਿਬ, ਇਹ ਤੇ ਦੋਸ਼ ਲਾਤਾ, ਇਹਨਾਂ ਨੂੰ ਸਸਪੈਂਡ ਕਰਤਾ, ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ, ਮੈਂ ਸਮਝਦਾ। ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਯਾਰ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾਹ ਕੇ ਆਹ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾਹ ਲਏ। ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀ, ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨੁਮਾਇੰਦਾ ਚੁਣਿਆ ਸੀ, ਬਾਅਦ 'ਚ MLA ਨੇ ਉਹ ਬਣਾਇਆ। ਮਤਲਬ ਅੱਜ ਤੱਕ ਇਸ MLA ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਚੁਣਿਆ। ਚਲੋ ਇਹ ਸਵਾਲ ਵਿੱਚ ਰਹਿ ਗਿਆ, ਹੋਰ ਕਰ ਲੋ ਨੀ ਸਵਾਲ, ਪਹਿਲਾਂ ਇਹਦਾ ਜਵਾਬ ਤਾਂ ਦਿਓ ਨਾ ਵੀ ਕੱਲ ਨੂੰ ਹਾਈਕਮਾਂਡ ਕੋਲੇ ਹੈ, ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤਦਾ ਹੈ ਭਾਵੇਂ ਅਸੀਂ ਨਹੀਂ ਚੋਣਾਂ 'ਚ ਹਿੱਸਾ ਲੈਂਦੇ, ਤਾਂ ਮਤਲਬ ਇਸ ਕਰਕੇ ਵੀ ਜੇ ਤੁਹਾਡੀ ਹਾਂ 'ਚ ਹਾਂ ਬੰਦਾ ਨਹੀਂ ਮਿਲਾਉਂਦਾ, ਤੁਹਾਡਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ 'ਚ ਨਹੀਂ ਹਾਂ ਨਹੀਂ ਮਿਲਾਉਂਦਾ, ਇਸ ਗੱਲ ਦੇ 'ਚ ਮੈਂ ਨਹੀਂ ਬੋਲਦਾ, ਮੇਰੀ ਹਾਂ 'ਚ ਨਾ ਮਿਲਾਉਂਦਾ ਨਾ ਮਿਲਾਉਂਦਾ, ਮੈਨੂੰ ਉਹਨਾਂ ਨੂੰ ਚੰਗਾ ਲੱਗਿਆ, ਮੈਨੂੂੰ ਮਿਨਿਸਟਰ ਬਣਾ ਲਿਆ, ਮੈਂ ਤਾਂ ਆਪ MLA ਤੁਰੇ ਫਿਰਦਾ, ਮੈਂ ਨਹੀਂ ਗੱਲ ਕਰਦਾ। ਚਲੋ ਇਹ ਤੁਸੀਂ ਨਹੀਂ ਕਰਦੇ, ਹੁਣ ਤੁਹਾਡਾ ਕੇਜਰੀਵਾਲ ਹੈ ਜਿਹੜਾ, ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਏਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਹੈ, ਉਹਨੇ ਹਾਂ ਕਰਤਾ। ਅਸੀਂ ਕਹਿੰਦੇ ਹਾਂ ਵੀ ਮੋਦੀ ਕਰਨ ਲਈ ਤਿਆਰ ਹਾਂ, ਰੱਬ ਜਾਣਦਾ ਕੌਣ ਤਿਆਰ ਹੈ। ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਧਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾ ਤਾ, ਮੇਰੇ ਕੀ ਤੁਹਾਡੀ ਸਰਕਾਰ, ਮੇਰੇ ਨੋਟਸ ਨਹੀਂ ਬਾਈ ਜੀ ਇਹ ਨਹੀਂ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਮੈਂ ਤੁਹਾਨੂੰ ਗੱਲ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ। ਚਲੋ ਹੋਣਾ ਜੀ ਬਾਈ ਜੀ, ਮੇਰੇ ਨੋਟਸ ਨਹੀਂ ਅਤੇ ਨਾ ਹੀ ਮੈਂ ਤਾਂ ਸਹਿਮਤ ਜਾਂ ਪੰਜਾਬ ਮਤਲਬ ਤੁਹਾਡੀ ਸਰਕਾਰ ਹੈ, ਪੰਜਾਬ ਹੈ ਅਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨੀ, ਇਹ ਤਾਂ ਪੰਜਾਬ ਨਾਲ ਤੁਹਾਡਾ ਸੁਪਰੀਮੋ ਆ ਉਹ, ਇਹ ਤਾਂ ਯਾਰ ਪਾਰਟੀਆਂ ਸਾਰੇ ਦੇਸ਼ ਦੀ ਚੱਲਦੀ ਹੈ, ਤੁਹਾਡਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮੋ ਹੋਣਾ, ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ, ਕਿਤੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਨਾਲ ਬਿਲਕੁਲ ਹੁੰਦਾ ਨਹੀਂ। ਹੁਣ ਜਿਹੜੀ ਇੱਕ ਚੋਣ ਆ ਇੱਕ ਭਾਸ਼ਾ
ਮਤਲਬ ਸਾਰੇ ਤੇ ਉਹ ਨਰਿੰਦਰ ਉਹ ਕੰਮ ਕਰ ਰਹੇ ਉਹ ਨਰਿੰਦਰ ਮੋਦੀ ਜੀ ਫਿਰ ਛੋਟੀ ਪੰਜਾਬ ਸਰਕਾਰ ਉਹਦਾ ਕੱਢਣ ਕਿਉਂ ਨਹੀਂ ਕਰਦੇ ਕਰਦੇ ਜੀ ਅਸੀਂ ਤਾਂ ਰੋਜ਼ੀ ਰੋਲਾ ਪਾਈ ਜਾਂਦੇ ਅਸੀਂ ਤਾਂ ਰੋਲੇ ਹੁਣ ਵੀ ਪਾ ਕੇ ਆਏ ਮੈਂ ਤਾਂ ਇਹੀ ਰੋਲਾ ਪਾਈ ਜਾਂਦੇ ਇਹ ਵੀ ਨਹੀਂ ਮਤਲਬ ਜਨਤਕ ਤੌਰ ਤੇ ਅਖਬਾਰਾਂ 'ਚ ਖੰਡਣ ਤੁਸੀਂ ਪੰਜਾਬ ਸਰਕਾਰ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਇਹ ਸਹਿਮਤੀ ਦੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਵਿਰੋਧ 'ਚ ਜਾਊ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਪਸ਼ੂ ਪਾਲਣ ਮੰਤਰੀ ਵੀ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਹਿਲੇ ਮੈਨੂੰ ਪਤਾ ਦੇਖੋ ਮਾੜੇ ਜ਼ਿਮੀਂਦਾਰ ਦੀ ਇੱਕ ਜੇ ਕਹਿ ਦਈਏ ਪਸ਼ੂ ਕਿੱਧਰ ਹੁੰਦਾ ਮੈਨੂੰ ਪਤਾ ਜੀ ਮੈਨੂੰ ਹੋਇਆ ਤਾਂ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀ ਦਵਾਈਆਂ ਲਾ ਕੇ ਜਿਹੜੀ ਉਹ ਅਫਸਰਾਂ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਉਹਨਾਂ 'ਤੇ ਕਾਰਵਾਈ ਕਰੀ ਉਹਨਾਂ 'ਤੇ ਹਾਂਜੀ ਹੋਈ ਹੈ ਮਤਲਬ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੀ ਸੀਗੀ ਖਿਆਲੇ ਕੋਲੇ ਅਤੇ ਜਿੱਥੋਂ ਦੇ ਸੀਗੇ ਖੜੇ ਹੋਈ ਬਾਈ ਜੀ ਤੁਸੀਂ ਦੇਖੋ ਫਾਈਲਾਂ 'ਚ ਹੋਈ ਹੈ ਮੈਂ ਇਹ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸਨੂੰ ਨਹੀਂ ਮੈਂ ਪਾਸੇ ਕਰ ਸਕਦਾ ਉਹ ਤਾਂ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਬਾਈ ਜੀ ਉਹਦਾ ਟੱਪ ਗਿਆ ਬਾਹਰ ਬਾਹਰ ਦਾ ਹੁਕਮ ਆ ਕੇ ਉਹ ਆਪਦੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਕਦੀ ਵੀ ਇਹਨੂੰ ਨਹੀਂ ਰਿਟਾਇਰਮੈਂਟ ਦਿੱਤੀ ਜਾਣੀ ਜਿਹੜੀ ਗੱਲ ਮੇਰੇ ਵਿੱਚ ਵਿਧਾਨ ਸਭਾ ਚ ਵੀ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਮੁਆਵਜ਼ਾ ਦੇ ਰਹੀ ਹੋ ਮੁਆਵਜ਼ੇ ਵਾਸਤੇ ਵੀ ਪਹਿਲਾਂ ਇਸ ਦਾ ਕੋਈ ਹੈ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰਲ ਗੌਰਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਲਾਂ ਜਿਹੜਾ ਡਿਜ਼ਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਅਜੇ ਉਹਨਾਂ ਨੇ ਅਜੇ ਨਹੀਂ ਖਾਧਾ ਸਾਡੇ ਵੱਲੋਂ ਦਵਾ ਚਲੋ ਇਹ ਸਾਰੇ ਛੱਡੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲਾਂਗੇ ਕਿਹਦੇ ਰਾਹੀਂ ਤੁਸੀਂ ਦੱਸੋ ਮੈਂ ਤਾਂ ਜਦੋਂ ਆਖੋ ਡਿਪਟੀ ਸਾਹਿਬ ਕਰ ਲਓ ਮਾਨਸਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਆ ਉਹ ਭੂ ਮਾਫੀਆ ਦੀ ਪਿੱਠ ਤੇ ਖੜਾ ਮਤਲਬ ਇਹਨਾਂ ਤੁਸੀਂ ਕਿੰਨੀ ਕਹਿ ਸਕਦੇ ਮੈਂ ਉਸਦਾ ਨਹੀਂ ਜਿਹੜਾ ਜਿਹੜਾ ਮੇਰੇ ਵੱਲੋਂ ਆ ਮੈਂ ਨਹੀਂ ਕਦੇ ਵੀ ਪਛਾੜਦਾ ਮੈਂ ਤੁਹਾਡੇ ਨਾਲ ਹਾਂ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਉੱਥੇ ਹੈਗਾ ਜਿੱਥੇ ਨਹੀਂ ਉੱਥੇ ਨਹੀਂ ਬੇਇਨਸਾਫੀ ਤਾਂ ਅਸੀਂ ਉੱਥੋਂ ਕਹਿੰਦੇ ਵੀ ਨਹੀਂ ਬੇਇਨਸਾਫੀ ਕਿਸੇ ਨਾਲ ਮਤਲਬ ਇੱਕੋ ਕਿਸਾਨ ਦੀਆਂ ਦੋਨੇ ਲੱਤਾਂ ਗੱਡੀ ਚੜ੍ਹਾ ਕੇ ਤੋੜੀਆਂ ਗਈਆਂ ਸੀ ਸੀ ਟੀ ਵੀ 'ਚ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਅਜੇ ਤੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ 'ਤੇ ਕੋਈ ਕਾਰਵਾਈ ਨਹੀਂ ਠੀਕ ਹੈ ਠੀਕ ਹੈ